ਸ਼ਿਵਰਾਤਰੀ ਦਾ ਤਿਉਹਾਰ ਪੂਰੇ ਦੇਸ਼ ਭਰ ਦੇ ਵਿੱਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਜਿੱਥੇ ਕਾਵੜੀਏ ਪੈਦਲ ਯਾਤਰਾ, ਡਾਕ ਕਾਵੜ ਯਾਤਰਾ, ਸਾਈਕਲਾਂ ਯਾਤਰਾ ਰਾਹੀਂ ਅਤੇ ਹੋਰ ਸਾਧਨਾਂ ਰਾਹੀਂ ਹਰਿਦੁਆਰ ਦੀ ਪਵਿੱਤਰ ਧਰਤੀ ਹਰ ਦੀ ਪੌੜੀ ਤੋਂ ਗੰਗਾ ਜਲ ਆਪਣੇ ਮੋਢਿਆਂ 'ਤੇ ਰੱਖ ਕੇ ਲਿਆਉਂਦੇ ਹਨ। ਮਹਾਦੇਵ ਸ਼ਿਵ ਦੀ ਮਹਿਮਾ ਦਾ ਵਰਣਨ ਕਰਨਾ ਬੇਹੱਦ ਮੁਸ਼ਕਲ ਹੈ। ਸ਼ਿਵ ਪੁਰਾਣ ਅਨੁਸਾਰ ਪੂਰੇ ਜਗਤ ਦੇ ਨਿਰਮਾਤਾ ਦਾ ਨਾਮ ਹੀ ਭਗਵਾਨ ਸ਼ਿਵ ਸ਼ੰਕਰ ਜੀ ਹੈ। ਉਹਨਾਂ ਦੀ ਪ੍ਰੇਰਣਾ ਨਾਲ ਭਗਵਾਨ ਬ੍ਰਹਮਾ ਸੰਸਾਰ ਦੀ ਰਚਨਾ ਕਰਦੇ ਹਨ ਅਤੇ ਭਗਵਾਨ ਵਿਸ਼ਨੂੰ ਉਹਨਾਂ ਦੀ ਪਾਲਣਾ ਕਰਦੇ ਨੇ। ਪ੍ਰਾਚੀਨ ਸ਼ਿਵ ਮੰਦਿਰ ਬਲੇਸ਼ਵਰ ਧਾਮ 108, ਸਿੱਧ ਬਾਬਾ ਸ਼੍ਰੀ ਦੁਸਹਿਰਾਪੁਰੀ ਜੀ ਮਹਾਰਾਜ, ਕਾਵੜ ਸੰਘ, ਪਿੰਡ ਛੱਜੂ ਪੱਟ ਨਾਭਾ ਵਿਖੇ ਸਥਿਤ ਹੈ। ਇਹ ਪ੍ਰਾਚੀਨ ਸ਼ਿਵ ਮੰਦਿਰ ਪਿਛਲੇ 100 ਸਾਲਾਂ ਤੋਂ ਸਥਾਪਿਤ ਹੈ। ਇੱਥੇ ਕਾਵੜ ਯਾਤਰੀ ਪਿਛਲੇ 15 ਸਾਲਾਂ ਤੋਂ ਹਰਿਦੁਆਰ ਦੀ ਪਵਿੱਤਰ ਹਰ ਦੀ ਪੌੜੀ ਤੋਂ ਗੰਗਾ ਜਲ ਭਰ ਕੇ 40 ਕਾਵੜ ਯਾਤਰੀ ਪੈਦਲ ਯਾਤਰਾ ਕਰਕੇ ਵੱਖ ਵੱਖ ਸ਼ਹਿਰਾਂ ਵਿੱਚ ਦੀ ਹੁੰਦੇ ਹੋਏ ਮੰਦਿਰ ਵਿੱਚ ਪੁੱਜਦੇ ਨੇ। 10 ਦਿਨਾਂ ਦੇ ਵਿੱਚ ਪ੍ਰਾਚੀਨ ਸ਼ਿਵ ਮੰਦਿਰ ਪਿੰਡ ਛੱਜੂ ਪੱਟ ਵਿਖੇ ਪਹੁੰਚ ਕੇ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸ਼ਿਵਰਾਤਰੀ ਦੀ ਰਾਤ ਨੂੰ 4 ਪਹਿਰ ਦੀ ਪੂਜਾ ਕਰਕੇ ਸ਼ਿਵ ਸ਼ੰਕਰ ਨੂੰ ਗੰਗਾ ਜਲ ਅਰਪਿਤ ਕੀਤਾ ਜਾਂਦਾ ਹੈ। ਇਹ ਕਾਵੜ ਯਾਤਰਾ ਦਾ ਮਕਸਦ ਆਪਣੀਆਂ ਮਨੋਕਾਮਨਾਵਾਂ ਨੂੰ ਪੂਰੀਆਂ ਕਰਨਾ ਹੈ। ਇਸ ਮੌਕੇ 'ਤੇ ਕਾਵੜ ਯਾਤਰੀ ਲੱਕੀ ਪੰਡਿਤ ਅਤੇ ਕਾਵੜ ਯਾਤਰੀ ਦਾਰਾ ਸ਼ਰਮਾ ਨੇ ਕਿਹਾ ਕਿ ਅਸੀਂ ਇਹ ਯਾਤਰਾ ਪਿਛਲੇ 15 ਸਾਲਾਂ ਤੋਂ ਕਰ ਰਹੇ ਹਾਂ। ਇਹ ਕਾਵੜ ਯਾਤਰਾ ਦਾ ਮਕਸਦ ਭਗਵਾਨ ਸ਼ਿਵ ਨੂੰ ਪ੍ਰਸੰਨ ਕਰਕੇ ਉਹਨਾਂ ਦੀ ਭਗਤੀ ਨੂੰ ਪਾਉਣਾ ਹੈ। ਸਿੱਧ ਬਾਬਾ ਸ਼੍ਰੀ ਦੁਸਹਿਰਾਪੁਰੀ ਮਹਾਰਾਜ, ਕਾਵੜ ਸੰਘ, ਪਿੰਡ ਛੱਜੂ ਪੱਟ, ਸ਼੍ਰੀ ਬਾਲੇਸ਼ਵਰ ਧਾਮ, ਸ਼ਿਵ ਮੰਦਿਰ। ਕਾਵੜ ਯਾਤਰਾ ਦਾ ਸ਼ਿਵਰਾਤਰੀ ਪਾਵਨ ਉਤਸਵ ਦੇ ਉੱਪਰ ਭਗਵਾਨ ਸਦਾ ਸ਼ਿਵ ਨੂੰ ਪ੍ਰਸੰਨ ਕਰਨ ਵਾਸਤੇ, ਉਹਨਾਂ ਦੀ ਭਗਤੀ ਪਾਉਣ ਵਾਸਤੇ ਇਹ ਕਾਵੜ ਯਾਤਰਾ ਕਰੀ ਜਾਂਦੀ ਹੈ ਜੀ। ਇਹ ਯਾਤਰਾ 10 ਦਿਨਾਂ ਦੀ ਹੁੰਦੀ ਹੈ ਜੀ, ਹਰਿਦੁਆਰ ਤੋਂ ਆਪਣੇ ਸ਼ਿਵ ਧਾਮ ਤੱਕ। ਸਾਡੇ ਪਹਿਲਾਂ ਪਰਮ ਪੂਜੇ ਸਤਿਗੁਰੂ ਮਹਾਰਾਜ ਬ੍ਰਹਮ ਲੈਣੀ ਸ਼ਿਵਪੁਰੀ ਮਹਾਰਾਜ ਦੀ ਆਗਿਆ ਸਦਕਾ, ਉਹਨਾਂ ਦੀ ਪ੍ਰੇਰਨਾ ਸਦਕਾ ਸਾਡੇ ਨਗਰ ਨਿਵਾਸੀ ਇਕੱਠੇ ਹੋ ਕਰ ਇਹ ਕਾਵੜ ਯਾਤਰਾ ਦਾ ਪ੍ਰਾਰੰਭ ਕੀਤਾ। ਉਹਨਾਂ ਦੀ ਕਿਰਪਾ ਸਦਕਾ ਭਗਵਾਨ ਸਦਾ ਸ਼ਿਵ ਮਾਤਾ ਗੰਗਾ ਦਾ ਮੇਲਣ ਕੀਤਾ ਜਾਂਦਾ। ਸ਼ਿਵਰਾਤਰੀ ਦੀ ਰਾਤ ਨੂੰ ਸਾਰੀ ਰਾਤ ਪੂਜਨ ਕੀਤਾ ਜਾਂਦਾ, ਪ੍ਰਾਤਾਕਾਲ ਹਵਨ ਅਤੇ ਨਾਨਾ ਪ੍ਰਕਾਰ ਦੇ ਦਾਨ ਕਰਮ, ਸੇਵਾ ਕਰਮ, ਔਰ ਅੱਗੇ ਤੋਂ ਵੀ ਇਹ ਆਉਣ ਵਾਲੀ ਪੀੜ੍ਹੀ ਨੂੰ ਭਗਵਾਨ ਸਦਾ ਸ਼ਿਵ ਔਰ ਚੰਗੇ ਕੰਮ ਕਰਨ ਦੇ ਲਈ ਪ੍ਰੇਰਿਤ ਕਰਦਾ ਜੀ। ਇਹ ਕਾਵੜ ਯਾਤਰਾ ਸਾਡੀ 2006 ਤੋਂ ਚੱਲ ਰਹੀ ਹੈ ਜੀ, ਅਤੇ 2020 ਹੋ ਗਿਆ ਹੁਣ, 15 ਕਾਵੜਾਂ ਸਾਡੀਆਂ ਪੂਰਨ ਹੋ ਚੁੱਕੀਆਂ ਨੇ। ਕਾਵੜ ਸੰਘ ਸ਼੍ਰੀ ਸਿੱਧ ਬਾਬਾ ਸ਼੍ਰੀ ਦੁਸਹਿਰਾਪੁਰੀ ਕਾਵੜ ਸੰਘ, ਪਿੰਡ ਛੱਜੂ ਪੱਟ, ਤਕਰੀਬਨ 15 ਸਾਲ ਤੋਂ ਜੀ। ਅਸੀਂ ਹਰਿਦੁਆਰ, ਸ਼੍ਰੀ ਹਰਿਦੁਆਰ ਤੋਂ ਚੱਲ ਕੇ ਪਿੰਡ ਛੱਜੂ ਪੱਟ, ਸ਼੍ਰੀ ਬਾਲੇਸ਼ਵਰ ਧਾਮ 'ਤੇ ਜਾਂਦੇ ਹਾਂ ਜੀ। ਜਲ ਅਸੀਂ ਛੱਜੂ ਪੱਟ ਸ਼ਿਵ ਮੰਦਿਰ, ਸ਼੍ਰੀ ਬਾਲੇਸ਼ਵਰ ਸਿੱਧ ਮੰਦਿਰ ਹੈ ਜੀ। ਸਾਡੀਆਂ ਜਿਹੜੀਆਂ ਕਾਵੜਾਂ ਨੇ ਤਕਰੀਬਨ 30 ਤੋਂ ਲੈ ਕੇ 50 ਤੱਕ ਚੱਲੀਆਂ ਨੇ ਸਾਡੇ ਨਾਲ। ਭਗਵਾਨ ਸ਼ਿਵ ਨੂੰ ਸਨਾਤਨ ਧਰਮ ਦੇ ਅਨੁਸਾਰ ਸਭ ਤੋਂ ਉੱਪਰਲਾ ਸਥਾਨ ਦਿੱਤਾ ਗਿਆ ਹੈ। ਉਹਨਾਂ ਦੇ ਨਾਲ ਜੁੜੇ ਇਸ ਤਿਉਹਾਰ ਨੂੰ ਹੀ ਸ਼ਿਵ ਸ਼ਕਤੀ ਦੇ ਰੂਪ ਮਹਾਸ਼ਿਵਰਾਤਰੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। TVNRI ਦੇ ਲਈ ਸੁਖਚੈਨ ਸਿੰਘ ਦੀ ਸਪੈਸ਼ਲ ਰਿਪੋਰਟ।